ਸਾਰੀ ਹਰਿਆਣਾ ਦੀ ਸਿੱਖ ਸੰਗਤ ਨੂੰ ਅਸੀਂ ਜਾਣਕਾਰੀ ਦੇਣ ਵਾਸਤੇ ਅੱਜ ਸਤਿਨਾਮ ਦੀ ਕੋਰ ਕਮੇਟੀ ਦੀ ਸ਼੍ਰੋਮਣੀ ਪੰਥਕ ਅਕਾਲੀ ਦਲ ਦੀ ਮੀਟਿੰਗ ਹੋਈ, ਜਿਹਦੇ ਵਿੱਚ ਸਾਡੀ ਬਣਾਈ ਹੋਈ ਕੋਰ ਕਮੇਟੀ 7 ਮੈਂਬਰ ਹਾਜ਼ਰ ਹੋਏ। ਉਹਦੇ ਵਿੱਚ ਫੈਸਲਾ ਹੋਇਆ ਕਿ ਜੋ ਮੌਜੂਦਾ ਹੈ, ਜੋ ਅਡਹੋਕ ਕਮੇਟੀ ਬਣੀ ਸੀ ਤੇ ਸਰਕਾਰ ਨੂੰ ਅਸਾਂ ਇੱਕ ਲੈਟਰ ਲਿਖਿਆ ਹੈ ਗਵਰਨਰ ਸਾਹਿਬ ਨੂੰ ਕਿ ਗਵਰਨਰ ਸਾਹਿਬ ਆਰਡੀਨੈਂਸ ਜਾਰੀ ਕਰਨ ਤੇ ਛੇਤੀ ਤੋਂ ਛੇਤੀ ਇਲੈਕਸ਼ਨ ਕਰਵਾਉਣ। ਅਸੀਂ ਇਸ ਮਸਲੇ ਤੇ ਇਲੈਕਸ਼ਨ ਕਮਿਸ਼ਨ ਨੂੰ ਮਿਲਿਆ ਤੇ ਇਲੈਕਸ਼ਨ ਕਮਿਸ਼ਨ ਇਹ ਗੱਲ ਕਹਿੰਦਾ ਹੈ ਕਿ ਮੇਰੇ ਵੱਲੋਂ ਪੂਰੀ ਤਿਆਰੀ ਹੈ, ਸਰਕਾਰ ਜਦੋਂ ਮਰਜ਼ੀ ਇਲੈਕਸ਼ਨ ਕਰਵਾਏ ਤੇ ਅਸੀਂ ਇਲੈਕਸ਼ਨ ਕਰਵਾਉਣ ਲਈ ਤਿਆਰ ਬੈਠੇ ਹਾਂ। ਅਸਾਂ ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖਿਆ ਹੈ ਕਿ ਜੇ ਛੇਤੀ ਇਲੈਕਸ਼ਨ ਨਾ ਹੋਇਆ ਤੇ ਅਗਲੇ 3 ਮਹੀਨਿਆਂ ਬਾਅਦ ਫਿਰ ਵਿਧਾਨ ਸਭਾ ਦਾ ਹਰਿਆਣੇ ਦਾ ਇਲੈਕਸ਼ਨ ਹੋਣਾ ਹੈ ਤੇ ਉਸ ਦੀ ਆੜ ਵਿੱਚ ਕਿਤੇ ਸਰਕਾਰ ਫਿਰ ਆਪਣੇ ਝੇਤਿਆਂ ਨੂੰ ਟਾਈਮ ਨਾ ਵਧਾ ਦੇ। ਇਸ ਕਰਕੇ ਅਸਾਂ ਮੰਗ ਕੀਤੀ ਹੈ ਗਵਰਨਰ ਸਾਹਿਬ ਕੋਲੋਂ ਕਿ ਜੇ 1-2 ਮਹੀਨੇ ਇਲੈਕਸ਼ਨ ਤੁਸੀਂ ਨਹੀਂ ਕਰਵਾਉਣ ਦੀ ਸਥਿਤੀ ਵਿੱਚ ਤੇ ਉਹਨਾਂ ਚਿਰ ਇਸ ਕਮੇਟੀ ਨੂੰ ਭੰਗ ਕਰਕੇ ਤੇ ਸਾਨੂੰ ਇੱਕ ਹਾਈ ਕੋਰਟ ਦਾ ਜੱਜ ਜੋ ਧਾਰਮਿਕ ਇਨਸਾਨ ਹੋਵੇ ਉਹਨੂੰ ਰਿਸੀਵਰ ਲਾਇਆ ਜਾਵੇ ਤਾਂ ਕਿ ਸਾਡੇ ਗੁਰੂ ਧਾਮ, ਸਾਡੀਆਂ ਗੋਲਕਾਂ, ਸਾਡੀ ਮਾਨ ਮਰਿਆਦਾ, ਸਾਡੀ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਦੀ ਮਾਨ ਮਰਿਆਦਾ ਇੱਜ਼ਤ ਬਰਕਰਾਰ ਰਹਿ ਸਕੇ, ਸਾਡੀ ਸਿੱਖੀ ਵੱਧ ਸਕੇ, ਸਾਡਾ ਪੰਥ ਵੱਧ ਸਕੇ। ਉਹਦਾ ਇੱਕੋ ਇੱਕ ਇਹ ਹੱਲ ਹੈ ਕਿ ਸਰਕਾਰ ਨੂੰ ਅਸੀਂ ਅਪੀਲ ਕਰਨੀ ਚਾਹਾਂਗੇ, ਅੱਜ ਦੀ ਇਹ 7 ਮੈਂਬਰੀ ਕਮੇਟੀ ਅਪੀਲ ਕਰੇਗੀ ਸਰਕਾਰ ਨੂੰ ਕਰਦੀ ਹੈ ਕਿ ਛੇਤੀ ਤੋਂ ਛੇਤੀ ਇਲੈਕਸ਼ਨ ਡਿਕਲੇਅਰ ਕਰਾਏ ਜਾਣ ਤੇ ਜਿੰਨਾ ਚਿਰ ਇਲੈਕਸ਼ਨ ਨਹੀਂ ਹੁੰਦਾ ਉਹਨਾਂ ਚਿਰ ਰਿਸੀਵਰ ਨਿਯੁਕਤ ਕੀਤਾ ਜਾਵੇ।